ਉਹ ਬਹੁਤ ਵੱਡਾ ਹੈ ਤੇ ਹੈਗਾ ਵੀ ਵੇ ਪ੍ਰਵਾਹ ਹੈ। ਲਾਪਰਵਾਹ ਔਗੁਣ ਹੈ ਤੇ ਵੇ ਪ੍ਰਵਾਹ ਗੁਣ ਹੈ, ਦੋਵੇਂ ਚੀਜ਼ਾਂ। ਲਾਪਰਵਾਹੀ ਕੀ ਹੁੰਦੀ ਹੈ? ਤੁਸੀਂ ਆਪਣੇ ਬੱਚੇ ਨੂੰ ਘਰ ਛੱਡ ਜਾਓ ਵੀ ਮੇਰੇ ਮਗਰੋਂ ਮੱਝਾਂ ਨੂੰ ਪੱਠੇ ਪਾਉਣੇ ਹੀ ਅਤੇ ਖੇਤ ਚੱਕਰ ਮਾਰ ਕੇ ਆਉਣਾ ਹੀ, ਪਾਣੀ ਲਾਇਆ ਖੇਤਾਂ ਨੂੰ ਵੇਖ ਕੇ ਆਈ, ਤੁਸੀਂ ਸਵੇਰ ਦੇ ਗਏ ਸ਼ਾਮਾਂ ਨੂੰ ਘਰ ਆਏ, ਨਾ ਉਹਨੇ ਪੱਠੇ ਪਾਏ ਅਤੇ ਨਾ ਉਹ ਖੇਤਾਂ ਨੂੰ ਗਿਆ, ਨਾ ਉਹਨੇ ਕੰਮ ਕੀਤਾ, ਅਤੇ ਤੁਸੀਂ ਆਣ ਕੇ ਉਹਨੂੰ ਕੀ ਸ਼ਬਦ ਬੋਲੋਗੇ ਭਲਾ? ਬੋਲੋ ਪਿਆਰੇ, ਤੂੰ ਬਹੁਤ ਜ਼ਿਆਦਾ ਲਾਪਰਵਾਹੀ ਕੀਤੀ ਹੈ, ਤੂੰ ਬਹੁਤ ਜ਼ਿਆਦਾ। ਅੱਛਾ, ਹੁਣ ਆਪਣੇ 'ਤੇ ਲਾਇਓ। ਕਲਗੀਧਰ ਪਾਤਸ਼ਾਹ ਪੁੱਤ ਵਾਰ ਕੇ ਸਾਨੂੰ ਕਹਿ ਗਿਆ, ਸਿੱਖਾਂ ਮੈਂ ਤੇਰੇ ਸਾਹਿਬਜ਼ਾਦਿਆਂ 'ਚੋਂ ਆਪਣਾ ਅਜੀਤ ਸਿੰਘ ਵੇਖਣਾ ਚਾਹੁੰਦਾ, ਇਹ ਮੈਂ ਤੇਰੀ ਡਿਊਟੀ ਲਾ ਕੇ ਚੱਲਿਆ। ਸਿੱਖੋ, ਆਹ ਜਿਹੜੇ ਗੁਰਦੁਆਰੇ ਸੇਵਾ ਸੰਭਾਲ ਵਾਲੇ ਮੈਂ ਤੁਹਾਨੂੰ ਅਸੀਂ ਦੇ ਚੱਲੇ ਹਾਂ, ਜਿਨ੍ਹਾਂ ਨੇ ਗੁਰਦੁਆਰੇ ਯਾਦ ਕਰਕੇ ਦਿੱਤੇ ਆ ਸਾਕਾ ਨਨਕਾਣਾ ਵਾਪਰਨ ਤੋਂ ਬਾਅਦ, ਵੀ ਇਹਨਾਂ ਗੁਰਦੁਆਰਿਆਂ ਵਿੱਚ ਕੋਈ ਬਿਪਰਵਾਦੀ ਕਰਮ ਨਹੀਂ ਹੋਣਾ ਚਾਹੀਦਾ, ਇੱਥੇ ਕੋਈ ਜੋਤ, ਕੋਈ ਇੱਥੇ ਲਾਗੇ ਆਰਤੀ ਨਹੀਂ ਹੋਣੀ ਚਾਹੀਦੀ, ਕੋਈ ਇੱਥੇ ਕੁੰਭ ਨਾਰੀਅਲ ਇਹੋ ਜਿਹਾ ਪਖੰਡ ਕਰਮਕਾਂਡ ਨਹੀਂ, ਤਾਂ ਕਿ ਇਹ ਝਲਕਣਾ ਪਵੇ ਕਿ ਇਹ ਮੰਦਰਾਂ ਦੀ ਤਰਜ਼ 'ਤੇ ਕੰਮ ਸ਼ੁਰੂ ਹੋ ਗਿਆ, ਇਹ ਨਿਰੋਲ ਗੁਰਮਤ ਦਾ ਸਿੱਖਿਆ ਦਾ ਕੇਂਦਰ ਹੈ। ਉਹ ਆਉਣ, ਮੰਨ ਲਓ ਉਹ ਸਿੱਖ ਇੱਦਾਂ ਆ ਜਾਣ ਸਾਡੇ ਕੋਲ, ਪੁੱਛਣ ਆਣ ਕੇ, ਗੁਰੂ ਸਾਹਿਬ ਆਣ ਕੇ ਕਹਿਣ ਵੀ ਵਿਖਾ ਮਾਂ ਮੈਨੂੰ, ਮਾਤਾ ਗੁਜਰ ਕੌਰ ਆਣ ਕੇ ਪੁੱਛੇ ਵਿਖਾ ਮੇਰੀਏ ਭੈਣੇ, ਮੈਂ ਤੇਰੇ ਪੋਤਰਿਆਂ 'ਚੋਂ ਆਪਣਾ ਫਤਿਹ ਸਿੰਘ ਵੇਖਣਾ ਚਾਹੁੰਦੀ ਹਾਂ, ਸਿੱਖਾਂ ਮੈਂ ਤੇਰੇ ਪਰਿਵਾਰ 'ਚੋਂ ਆਪਣੇ ਸਾਹਿਬਜ਼ਾਦੇ ਵੇਖਣਾ ਚਾਹੁੰਦਾ, ਅਤੇ ਆਪਾਂ ਨਾ ਵਿਖਾ ਪਾਈਏ, ਸਾਡੇ ਲਈ ਕਿਹੜਾ ਸ਼ਬਦ ਬੋਲਣਗੇ ਭਲਾ? ਬੋਲੋ ਜੀ, ਜਿਹੜਾ ਤੁਸੀਂ ਆਪਣੇ ਬੱਚੇ ਲਈ ਹੁਣੇ ਵਰਤਿਆ ਸੀ, ਕਿਹੜਾ ਜੀ? ਲਾਪਰਵਾਹੀ, ਬੜੀ ਲਾਪਰਵਾਹੀ ਕੀਤੀ। ਲਾਪਰਵਾਹ ਔਗੁਣ ਹੈ, ਵੇ ਪ੍ਰਵਾਹ ਗੁਣ ਹੈ। ਵੇ ਪ੍ਰਵਾਹ ਦਾ ਅਰਥ ਹੁੰਦਾ ਜਿਹੜਾ ਕਿਸੇ ਦੀ ਪ੍ਰਵਾਹ ਨਾ, ਯਾਨੀ ਕਿ ਕਿਸੇ ਦਾ ਮੁਹਤਾਜ ਨਾ ਹੋਵੇ। ਸਤਿਗੁਰ ਮੇਰਾ ਬੇਮੁਹਤਾਜ, ਬੇਮੁਹਤਾਜ ਅਤੇ ਬੇਪ੍ਰਵਾਹ ਇੱਕੋ ਸ਼ਬਦ ਹੈ। ਬੇਪ੍ਰਵਾਹ, ਬੇਪ੍ਰਵਾਹ ਦਾ ਅਰਥ ਹੈ, ਹੁਣ ਅਸੀਂ ਪ੍ਰਵਾਹ ਕਰਦੇ ਹਾਂ ਤਾਂ ਹੀ ਤਾਂ ਕਬਰਾਂ ਪੂ ਛੱਡੀਆਂ ਨੇ, ਅਸੀਂ ਪ੍ਰਵਾਹ ਕੀਤੀ ਹੈ, ਡਰ ਹੈ ਸਾਡੇ ਅੰਦਰ, ਸਾਡੇ ਅੰਦਰ ਡਰ ਬੈਠਾ ਤਾਂ ਹੀ ਤਾਂ ਸਰੀਰਾਂ ਅੱਗੇ ਮੱਥੇ ਟੇਕੇ ਨੇ। ਹੁਣ ਕੋਈ ਬਾਬਾ ਪਖੰਡੀ ਆਵੇ ਕਵੇ ਮੈਂ ਤੈਨੂੰ ਸ਼ਰਾਪ ਦੇਣ ਲੱਗਾ, ਤੁਸੀਂ ਕਹੋ ਜੀ ਆਪਾਂ ਤੇਰੀ ਪ੍ਰਵਾਹ ਨਹੀਂ ਕਰਦੇ। ਪਤਾ ਕਿਉਂ? ਕਿਉਂਕਿ ਮੈਂ ਆਪਣੇ ਬੇਪ੍ਰਵਾਹ ਸਤਿਗੁਰ ਨਾਲ ਸਾਂਝ ਪਾਈ ਹੈ। ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ। ਵੇ ਪ੍ਰਵਾਹ ਦਾ ਅਰਥ ਹੈ ਉਹ ਬਹੁਤ ਜ਼ਿੰਮੇਵਾਰ ਹੈ, ਉਹਨੂੰ ਕਿਸੇ ਦੀ ਪ੍ਰਵਾਹ ਨਹੀਂ। ਕਿਉਂ ਨਹੀਂ ਪ੍ਰਵਾਹ? ਕਿਉਂਕਿ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ, ਹੈ ਹੀ ਨਹੀਂ ਹੈ। ਤਾਂ ਗੁਰੂ ਸਾਹਿਬ ਨੇ ਇਹ ਗੁਣ ਸਾਨੂੰ ਬਖਸ਼ਿਸ਼ ਕੀਤੇ, ਅਸੀਂ ਲਾਪਰਵਾਹੀ ਨਹੀਂ ਆਪਣੇ ਜੀਵਨ 'ਚ ਲੈ ਕੇ ਆਉਣੀ, ਬੇਪ੍ਰਵਾਹੀ ਲੈ ਕੇ ਆਉਣੀ। ਅਸੀਂ ਉਲਟਾ ਕੰਮ ਸ਼ੁਰੂ ਕਰ ਦਿੱਤਾ ਹੈ, ਅਸੀਂ ਆਪਣੀ ਜ਼ਿੰਦਗੀ 'ਚ ਲਾਪਰਵਾਹੀ ਲੈ ਕੇ ਆਏ ਹਾਂ, ਅਸੀਂ ਲਾਪਰਵਾਹ ਹੋ ਗਏ ਹਾਂ, ਅਸੀਂ ਜ਼ਿੰਮੇਵਾਰੀ ਨਹੀਂ ਨਿਭਾਈ ਕਿ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀ ਕੀਤੀ ਹੈ। ਜਦੋਂ ਅਸੀਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਗੱਲ ਕਰਦੇ, ਹਰ ਇੱਕ ਦੀ ਜ਼ਿੰਮੇਵਾਰੀ ਹੈ, ਹਰ ਇੱਕ ਦੀ ਜ਼ਿੰਮੇਵਾਰੀ ਹੈ। ਕੇਵਲ ਸਿਰ 'ਤੇ ਦਸਤਾਰ ਬੰਨਣ ਦੇ ਨਾਲ, ਗਲ ਵਿੱਚ ਸ੍ਰੀ ਸਾਹਿਬ ਪਾਉਣ ਦੇ ਨਾਲ, ਖੰਡੇ ਦੀ ਪਹੁ ਲੈ ਲਈ, ਇੱਥੇ ਆਣ ਕੇ ਜ਼ਿੰਮੇਵਾਰੀ ਮੁੱਕ ਨਹੀਂ ਜਾਂਦੀ, ਇੱਥੋਂ 'ਤੇ ਕੰਮ ਸ਼ੁਰੂ ਹੁੰਦਾ ਹੈ, ਇੱਥੋਂ ਕੰਮ 'ਤੇ ਅੱਗੇ ਚੱਲਣਾ ਹੈ। ਹੁਣ ਇਕੱਲੇ ਇਕੱਲੇ ਥਾਂ 'ਤੇ ਪ੍ਰਚਾਰਕ ਜਾ ਕੇ, ਗ੍ਰੰਥੀ ਜਾ ਕੇ ਰੋਕੇ, ਉੱਥੇ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ। ਤੁਸੀਂ ਕਿਸੇ ਅਖੰਡ ਪਾਠ ਦੇ ਭੋਗ 'ਤੇ ਗਏ ਜੇ, ਤੁਹਾਨੂੰ ਕੋਈ ਸੱਦਾ ਪੱਤਰ ਆਇਆ, ਉੱਥੇ ਮਨਮਤ ਹੁੰਦੀ ਹੈ, ਹੱਥ ਜੋੜ ਕੇ ਬੇਨਤੀ ਕੀਤੀ ਜਾ ਸਕਦੀ ਹੈ, ਭਾਈ ਗੁਰਮਤ ਆ ਹੈ, ਆਹ ਤੁਸੀਂ ਕੀ ਕਰ ਰਹੇ ਹੋ? ਅਗਲਾ ਵੀ ਸੋਚੇ ਭਾਈ ਇਹ ਗੁਰਮਤ ਤੋਂ ਵੱਖਰਾ ਕਾਰਜ ਕੀਤਾ ਗਿਆ ਇਹਨਾਂ ਨੇ। ਅੱਜ ਸਮੱਸਿਆ ਇਹ ਖੜੀ ਹੋਈ ਹੈ, ਜੋ ਸਾਨੂੰ ਮਰਜ਼ੀ ਕੋ ਬੋਲ ਕੇ ਸੁਣਾ ਜਾਂਦਾ, ਅੱਖਾਂ ਮੀਟ ਕੇ ਅਸੀਂ ਸੁਣ ਜਾਂਦੇ ਹਾਂ। ਕਿਉਂ? ਕਿਉਂਕਿ ਸਾਨੂੰ ਆਪ ਗੁਰਮਤ ਦਾ ਗਿਆਨ ਨਹੀਂ, ਅਸੀਂ ਗੁਰਬਾਣੀ ਆਪ ਨਹੀਂ ਪੜ੍ਹੀ। ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ। ਕਹਿੰਦੇ ਕਰ ਬੰਦੇ ਤੂੰ ਬੰਦਗੀ ਕਿੰਨੀ ਦੇਰ ਮਹਾਰਾਜ, ਜਿਚਰ ਘੱਟ ਮੈਂ ਸਾਹ। ਟਾਈਮ ਪੀਰੀਅਡ ਨਹੀਂ ਹੈ ਵੀ ਇੰਨਾ ਚਿਰ, ਵੀ ਇੰਨੀਆਂ ਘੰਟਿਆਂ 'ਚੋਂ ਇੰਨਾ ਘੰਟਾ, ਬਾਣੀ ਕਹਿੰਦੀ ਇੱਕ ਤਿਲ ਪਿਆਰਾ ਵਿਸਰੈ, ਇੱਕ ਤਿਲ ਜਿੰਨਾ ਵੀ ਨਹੀਂ ਤੈਨੂੰ ਭੁੱਲਣਾ ਚਾਹੀਦਾ। ਰੋਗ ਵੱਡਾ ਮਨ ਮਾਹੇ, ਹੁਣ ਇੱਥੇ ਘੰਟਿਆਂ, ਇੱਥੇ ਲਿਮਿਟ ਬਣਾ ਦਿੱਤੀ ਵੀ ਭਾਈ ਚੌਵੀਆਂ ਘੰਟਿਆਂ 'ਚੋਂ ਇੰਨਾ ਘੰਟੇ ਟਾਈਮ ਕੱਢ ਲਓ। ਇੱਥੇ ਤਾਂ ਕਿਹਾ ਤੇਰਾ ਉੱਠਣਾ ਬੈਠਣਾ ਸੌਣਾ ਜਾਗਣਾ ਸਾਰਾ ਬੰਦਗੀ ਹੋਵੇ। ਉੱਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ, ਸਰਵਣ ਸੁਣੀ ਜੇ ਅੰਮ੍ਰਿਤ ਕਥਾ ਜਾ ਸੁਣੀ ਮਨ, ਹੋਏ ਆਨੰਦਾ ਦੁੱਖ ਰੋਗ ਮਨ
ਸਗਲੇ ਲਥਾ ਸਾਰੇ ਲੈ ਜਾਣਗੇ ਤੇਰੇ ਮਨ ਦੇ ਉੱਤੋਂ ਜਿਹੜੇ ਦੁੱਖ ਰੋਗ ਸੋਗ ਪਏ ਹੋਏ ਨੇ। ਕਦੋਂ? ਜਦੋਂ ਤੂੰ ਆਹ ਨਿਯਮ ਦੀ ਪਾਲਣਾ ਸ਼ੁਰੂ ਕਰ।